ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ। ਪੰਜਾਬ ਸਰਕਾਰ ਵੱਲੋਂ ਪੁਲਿਸ ਨੂੰ ਖਾਸ ਹਦਾਇਤ ਦਿੱਤੀ ਜਾਂਦੀ ਹੈ ਕਿ ਪੰਜਾਬ ਵਿੱਚ ਨਸ਼ੇ ਨੂੰ ਚੰਗੀ ਤਰ੍ਹਾਂ ਖਤਮ ਕਰ ਦੇਣ ਤੇ ਨਸ਼ੇ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਪਰ ਜ਼ਰਾ ਸੋਚੋ, ਜੇਕਰ ਖੁਦ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਨਸ਼ਾ ਕਰਦੇ ਹੋਣ ਵਿਖਾਈ ਦੇਣ ਤਾਂ ਆਮ ਲੋਕ ਪੁਲਿਸ ਤੋਂ ਕੀ ਉਮੀਦ ਕਰਨਗੇ। ਅਜਿਹਾ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਪੁਲਿਸ ਵਾਲਾ ਖੁਦ ਨਸ਼ੇ ਦਾ ਬੁਰੀ ਤਰ੍ਹਾਂ ਆਦੀ ਹੈ ਤੇ ਨਸ਼ੇ ਦੇ ਟੀਕੇ ਲਗਾ ਰਿਹਾ। ਜਦੋਂ ਪੁਲਿਸ ਮੁਲਾਜ਼ਮ ਬਾਰੇ ਪਛਾਣ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਪੁਲਿਸ ਦਾ ਨਾਮ ਅਮਰਜੋਤ ਸਿੰਘ ਹੈ, ਬੈਲਟ ਨੰਬਰ 3496, ਜੋ ਕਿ ਫਿਲੌਰ ਵਿਖੇ ਪੰਜਾਬ ਪੁਲਿਸ ਅਕੈਡਮੀ ਵਿੱਚ ਡਿਊਟੀ ਨਿਭਾ ਰਿਹਾ ਸੀ। ਪੰਜਾਬ ਪੁਲਿਸ ਅਕੈਡਮੀ ਫਿਲੌਰ ਦੇ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਕਾਂਸਟੇਬਲ ਅਮਰਜੋਤ ਡੈਪਟੋਰੇਸ਼ਨ ਤੇ ਤੈਨਾਤ ਸੀ ਤੇ ਉਸਨੂੰ ਬਦਸਲੂਕੀ ਅਤੇ ਨਸ਼ੇ ਦੇ ਕਾਰਨ ਜਲੰਧਰ ਕਮਿਸ਼ਨਰੇਟ ਵਿਖੇ ਤਬਦੀਲ ਕਰ ਦਿੱਤਾ ਗਿਆ ਸੀ ਤੇ ਉਹ ਆਪਣੇ ਕੰਮ ਤੋਂ 2 ਮਹੀਨਿਆਂ ਤੋਂ ਗੈਰ ਹਾਜ਼ਰ ਚੱਲ ਰਿਹਾ ਸੀ, ਜੋ ਪਿਛਲੇ ਸਾਲ 21 ਨਵੰਬਰ ਨੂੰ ਕਮਿਸ਼ਨਰੇਟ ਜਲੰਧਰ ਵਿਖੇ ਤਬਦੀਲ ਕਰ ਦਿੱਤਾ ਗਿਆ ਸੀ। ਉਹ ਤੁਸੀਂ ਹੈੱਡ ਕਾਂਸਟੇਬਲ ਅਮਰਜੋਤ ਬਾਰੇ ਦੱਸਿਆ ਹੈਗਾ, ਉਹਦੇ ਬਾਰੇ ਇਹੀ ਹੈਗਾ ਦੱਸਣਾ ਕਿ ਇਹ ਸਾਡੇ ਕੋਲ ਇੱਥੇ ਡੈਪੂਟੇਸ਼ਨ 'ਤੇ ਸੀਗਾ ਔਰ ਕੁਛ ਅਰਸੇ ਤੋਂ ਇਹ ਗੈਰ ਹਾਜ਼ਰ ਹੋਣ ਦਾ ਕਾਫੀ ਆਦੀ ਹੋ ਗਿਆ ਸੀਗਾ, ਜਿਹਦੇ ਕਰਕੇ ਅਸੀਂ ਇਸ ਨੂੰ ਡਿਸਿਪਲਿਨਰੀ ਐਕਸ਼ਨ ਦੇ ਤਹਿਤ ਇਹਨੂੰ ਵਾਪਸ ਪੇਰੈਂਟ ਯੂਨਿਟ ਦਾ ਕਰਤਾ ਸੀਗਾ। ਸੋ ਹੁਣ ਇਹ 21 ਨਵੰਬਰ ਤੋਂ ਪਿਛਲੇ ਸਾਲ ਇਹ ਕਮਿਸ਼ਨਰੇਟ ਜਲੰਧਰ ਵਾਸਤੇ ਭੇਜਿਆ ਜਾ ਚੁੱਕਿਆ ਹੈ। ਸਰ, ਜਿਹੜਾ ਨਸ਼ੇ ਦਾ ਆਦੀ ਹੈ ਇਹ ਫਲੋਰ ਅਕੈਡਮੀ 'ਚ ਹੀ ਹੋਇਆ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਇਸ ਬਾਰੇ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਆਈ ਕਿ ਇਹ ਨਸ਼ੇ ਕਰਦਾ ਹੈ ਜਾਂ ਕੋਈ ਇੱਦਾਂ ਦੀ ਗੱਲਬਾਤ ਹੈਗੀ ਹੈ। ਸਰ, ਇਹਦਾ ਇੱਥੋਂ ਚਾਰਜ ਭੇਜਣ ਦਾ ਕਾਰਨ ਕੀ ਹੈ? ਇੱਥੋਂ ਮੈਂ ਤੁਹਾਨੂੰ ਦੱਸਿਆ ਕਿ ਵੀ ਇਹ ਗੈਰ ਹਾਜ਼ਰ ਹੋਣ ਦਾ ਆਦੀ ਹੋ ਗਿਆ ਸੀਗਾ। ਸੋ ਕਾਫੀ ਗੈਰ ਹਾਜ਼ਰੀ ਹੋ ਗਈ ਸੀ ਇਹਦੀ, ਵਾਰ ਵਾਰ ਗੈਰ ਹਾਜ਼ਰ ਹੋ ਰਿਹਾ ਸੀਗਾ। ਸੋ ਅਸੀਂ ਇਹਦੀ ਡਿਪਾਰਟਮੈਂਟਲ ਐਕਸ਼ਨ ਵਾਸਤੇ ਵੀ ਲਿਖਿਆ, ਡਿਪਾਰਟਮੈਂਟਲ ਇਨਕੁਆਇਰੀ ਵੀ ਖੋਲ੍ਹੀ ਔਰ ਇਸ ਨੂੰ ਵਾਪਸ ਜ਼ਿਲ੍ਹਾ ਭੇਜਤਾ। A South Asian Canadian channel.